ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜੈ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰੇ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਜਨ ਨਾਨਕ ਕਉ ਗੁਰੇ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਜੀ ਨਿਵਾਜੀ ਸਤਸੰਗਤ ਜੀ, ਵਡਭਾਗੇ ਹੋ ਅੰਮ੍ਰਿਤ ਵੇਲੇ ਦੀ ਦੀਵਾਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਗੁਰੂ ਚਰਨਾਂ ਦੇ ਵਿੱਚ ਸੱਜ ਬੈਠੇ ਹੋ। ਵਡਿਆਈ ਦੇ ਪਾਤਰ ਹੋ, ਗੁਰੂ ਪਿਆਰ ਵਾਲੇ ਹੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਸ਼ਬਦ ਆਪ ਜੀਆਂ ਨੇ ਧਨਾਸਰੀ ਰਾਗ ਦੇ ਵਿੱਚ ਪਾਵਨ ਅੰਗ 669 ਅਤੇ 70 ਅੰਗ 'ਤੇ ਸੁਭਾਇਮਾਨ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਨ ਕੀਤਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਭਾਈ ਅਸਲ ਦੇ ਵਿੱਚ ਸਾਰੀਆਂ ਇੱਛਾ ਦਾ ਪੂਰਕ, ਸਾਰੀਆਂ ਇੱਛਾ ਨੂੰ ਸੰਪੂਰਨ ਕਰਨ ਵਾਲਾ ਕੇਵਲ ਅਤੇ ਕੇਵਲ ਪਰਮਾਤਮਾ ਹੈ। ਤੇ ਜੀਵ ਉਸੇ ਪਰਮਾਤਮਾ ਦੇ ਨਾਮ ਨੂੰ ਸਦਾ ਹੀ ਜਪ ਲਾ, ਉਸੇ ਪਰਮਾਤਮਾ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਅਤੇ ਜਿਵੇਂ ਰਹਾਉ ਵਾਲੀ ਪੰਕਤੀ ਵਿੱਚ ਸਤਿਗੁਰੂ ਜੀਆਂ ਨੇ ਸਮੁੱਚੇ ਸ਼ਬਦ ਨੂੰ ਕੇਂਦਰਿਤ ਕੀਤਾ, ਇਹ ਰਹਾਉ ਵਾਲੀ ਪੰਕਤੀ ਦੇ ਵਿੱਚ ਕੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ। ਕਿ ਭਾਈ ਅਸਲ ਦੇ ਵਿੱਚ ਜਪਣਾ ਇਹਨਾਂ 'ਤੇ ਕੇਵਲ ਪਰਮਾਤਮਾ ਦਾ ਨਾਮ ਜਪ, ਜਿਹੜਾ ਪਰਮਾਤਮਾ ਸਦਾ ਹੀ ਸੱਚ ਹੈ। ਸੰਸਾਰ ਦਾ ਜੋ ਕੁਝ ਨੇ ਗੁਰੂ ਪਿਆਰੇ ਉਹ ਅਸਲ ਦੇ ਵਿੱਚ ਨਾਸ਼ ਹੋਣ ਵਾਲਾ। ਸਤਿਗੁਰੂ ਜੀਆਂ ਨੇ ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਬਖਸ਼ਿਸ਼ ਕੀਤਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿ ਕੇਵਲ ਪਰਮਾਤਮਾ ਹੀ ਸੱਚਾ। ਜਿਵੇਂ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜੀਆਂ ਨੇ ਕਿਹਾ ਏ ਖੂਬ 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 ਤੇਰਾ ਨਾਮ, ਝੂਠ 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 ਦੁਨੀ ਗੁਮਾਨ। ਕਹਿੰਦੇ ਸੰਸਾਰ ਦਾ ਸਭ ਕੁਝ ਹੈ ਨਾ ਜਿਹਦੇ 'ਤੇ ਮਨੁੱਖ ਗੁਮਾਨ ਕਰਦਾ, ਕਹਿੰਦੇ ਸਭ ਕੁਝ ਜਿਹੜਾ ਇਹ ਝੂਠ ਹੈ, ਕੇਵਲ ਅਤੇ ਕੇਵਲ ਖੂਬ ਸੱਚਾ ਕੇਵਲ ਪਰਮਾਤਮਾ ਦਾ ਨਾਮ ਹੈ। ਅਤੇ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਪਰਮਾਤਮਾ ਸਦਾ ਸੱਚ ਹੈ, ਜਿਸ ਨੂੰ ਸਤਿਗੁਰੂ ਜੀ
ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੁਰਬਲਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਜਿਹੜਾ ਇਹਨੂੰ ਸੱਚਾ ਹੈ, ਅਤੇ ਹੋਰ ਜਿੰਨੇ ਪਰਮਾਤਮਾ ਦੇ ਨਾਮ ਨੇ ਗੁਰੂ ਪਿਰ ਵਾਲਿਓ, ਕਿਰਤਮ ਨਾਮ ਨੇ, ਪਰਮਾਤਮਾ ਦੇ ਕਰਮ ਤੋਂ ਨਾਮ ਪੈਦਾ ਹੋਏ ਨੇ। ਜੇ ਕਿਸੇ 'ਤੇ ਪਰਮਾਤਮਾ ਨੇ ਦਇਆ ਕੀਤੀ ਤਾਂ ਉਸਨੇ ਪਰਮਾਤਮਾ ਨੂੰ ਦਇਆਲੂ ਕਹਿ ਦਿੱਤਾ। ਜੇ ਕਿਸੇ 'ਤੇ ਪਰਮਾਤਮਾ ਨੇ ਮਿਹਰ ਕੀਤੀ ਤਾਂ ਉਸਨੇ ਪਰਮਾਤਮਾ ਨੂੰ ਮਿਹਰਬਾਨ ਕਹਿ ਦਿੱਤਾ। ਜੇ ਕਿਸੇ ਨੇ ਪਰਮਾਤਮਾ ਨੂੰ ਹਰ ਥਾਂ 'ਤੇ ਤੱਕਿਆ ਤਾਂ ਉਸਨੇ ਪਰਮਾਤਮਾ ਨੂੰ ਰਾਮ ਕਹਿ ਦਿੱਤਾ ਕਿ ਪਰਮਾਤਮਾ ਹਰ ਥਾਂ 'ਤੇ ਰਮਿਆ ਹੋਇਆ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਜਪਣਾ ਹੈ ਨਾ ਕੇਵਲ ਪਰਮਾਤਮਾ ਦਾ ਉਹ ਸੱਚਾ ਨਾਮ ਜਪ, ਜਿਸ ਨੂੰ ਜਪਨ ਕਰਕੇ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਿਸ ਨੂੰ ਜਪਨ ਕਰਕੇ ਮਨੁੱਖ ਦਾ ਹਲਤ ਅਤੇ ਪਲਤ ਵਿੱਚ ਮੁਖ ਉਜਲ ਹੋ ਜਾਂਦਾ, ਭਾਵ ਕਿ ਹਲਤ ਪਲਤ ਦਾ ਸੁੱਖ ਜਿਹੜਾ ਹੈ ਉਹ ਝੋਲੀ ਵਿੱਚ ਪੈ ਜਾਂਦਾ। ਜਿਵੇਂ ਸਤਿਗੁਰੂ ਜੀ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿ ਪਰਮਾਤਮਾ ਦਾ ਨਾਮ ਜਿਹੜਾ ਇਹ ਜਪਣ ਦੇ ਨਾਲ ਮੁਖ ਉਜਲੇ ਹੁੰਦੇ ਨੇ, ਭਾਵ ਹਲਤ ਸੁੱਖ ਪਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਕਿ ਪਰਮਾਤਮਾ ਦਾ ਨਾਮ ਜਪਣ ਕਰਕੇ ਸਦਾ ਹੀ ਸੁੱਖ ਅਤੇ ਸਦਾ ਹੀ ਆਨੰਦ ਪ੍ਰਾਪਤ ਹੁੰਦਾ। ਅਤੇ ਸਤਿਗੁਰੂ ਜੀ ਕਹਿੰਦੇ ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਕਿ ਭਾਈ ਨਿਤ ਧਿਆਉਣਾ, ਨਿਤ ਹੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਨਾ ਹੈ ਜਿਸ ਨੂੰ ਸਤਿਗੁਰੂ ਜੀਆਂ ਨੇ ਕਿਹਾ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਵ। ਕਿ ਭਾਈ ਓਨਾ ਟਾਈਮ ਬੰਦਗੀ ਕਰ ਜਿੰਨਾ ਚਿਰ ਤੇਰੇ ਅੰਦਰ ਸਵਾਸ ਨੇ, ਜਿੰਨਾ ਟਾਈਮ ਪਰਮਾਤਮਾ ਨੇ ਤੈਨੂੰ ਇਹ ਜੀਵਨ ਬਖਸ਼ਿਆ, ਇਹ ਤੂੰ ਸਵਾਸ ਜਿਹੜੇ ਤੈਨੂੰ ਪ੍ਰਾਪਤ ਹੋ ਰਹੇ ਨੇ, ਉਹਨਾਂ ਟਾਈਮ ਉਸ ਪਰਮਾਤਮਾ ਦੀ ਵਡਿਆਈ ਕਰ, ਨਿਰੰਕਾਰ ਦੀ ਵਡਿਆਈ ਕਰ, ਜਿਸ ਕਰਕੇ ਤੇਰਾ ਸਦਾ ਵਾਸਤੇ ਮੁੱਖ ਜਿਹੜਾ ਹੈ ਉਜਲਾ ਹੋ ਜਾਵੇ। ਸੋ ਆਰੰਭਕ ਪੰਕਤੀਆਂ ਵਿੱਚ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ, ਧਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਕਿ ਭਾਈ ਹੇ ਜੇ ਮੇਰੀਏ ਜਿੰਦੇ, ਜਿਹੜਾ ਹਰੀ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ, ਜਿਹੜਾ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ, ਜਿਸ ਦੇ ਵਸ ਵਿੱਚ ਉਹ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮ ਧੇਨ ਹੈ, ਉਸੇ ਨੂੰ ਹੀ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾ। ਹੇ ਮੇਰੇ ਮਨ, ਉਸ ਅਜਿਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ ਤਦੋਂ ਸਾਰੇ ਸੁੱਖ ਤੈਨੂੰ ਹਾਸਲ ਹੋ ਜਾਣਗੇ, ਭਾਵ ਸਾਰੇ ਸੁੱਖਾਂ ਨੂੰ ਤੂੰ ਪ੍ਰਾਪਤ ਹੋ ਜਾਵੇਂਗਾ। ਅੱਗੇ ਕਹਿੰਦੇ ਜਪ ਮਨ ਸਤਿਨਾਮ ਸਦਾ ਸਤਿਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਵਾਲੀ ਪੰਕਤੀ ਕਿ ਭਾਈ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਜਿਹੜਾ ਪਰਮਾਤਮਾ ਸਦਾ ਰਹਿਣ ਵਾਲਾ ਹੈ, ਜਿਹੜੇ ਜਪਦੇ ਨੇ ਹਲਤ ਪਲਤ ਵਿੱਚ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ, ਜਿਹੜੇ ਨਿਤ ਹੀ ਉਸ ਪੁਰਖ ਪਰਮਾਤਮਾ ਨਿਰੰਜਨ, ਜਿਹਦੇ ਵਿੱਚ ਕੋਈ ਮੈਲ ਨਹੀਂ, ਜਿਹੜਾ ਅੰਜਨ ਤੋਂ ਰਹਿਤ ਹੈ, ਭਾਵ ਕਾਲਕ ਤੋਂ ਰਹਿਤ ਹੈ, ਉਸ ਪਰਮਾਤਮਾ ਨੂੰ ਜਿਹੜੇ ਨਿਤ ਧਿਆਉਂਦੇ ਨੇ ਮੁੱਖ ਉਜਲੇ ਕਰ ਲੈਂਦੇ ਨੇ। ਅੱਗੇ ਕਹਿੰਦੇ ਰਹਾਉ ਜੈ ਹਰ ਸਿਮਰਨ ਭਇਆ ਤੇ ਉਪਾਦਗਤ ਕੀਨੀ ਵੱਡ ਭਾਗੀ ਹਰ ਜਪਨਾ। ਹੇ ਭਾਈ, ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ, ਫਿਰ ਵੀ ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ, ਭਾਵ ਪਰਮਾਤਮਾ ਦੀ ਕਿਰਪਾ ਹੋਵੇ, ਪਰਮਾਤਮਾ ਦੀ ਦਇਆ ਹੋਵੇ ਤਾਂ ਮਨੁੱਖ ਪਰਮਾਤਮਾ ਦੀ ਵਡਿਆਈ ਕਰ ਸਕਦਾ ਹੈ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਵੱਡੇ ਭਾਗ ਹੋਣ ਪਰਮਾਤਮਾ ਭੇਟੈ, ਭਾਵ ਨਿਰੰਕਾਰ ਗੁਰੂ ਪ੍ਰਾਪਤ ਹੁੰਦਾ ਹੈ, ਵਰਨਾ ਜੀਵ ਦੇ ਭਾਗ ਪੂਰੇ ਹੋਣ ਪਰਮਾਤਮਾ ਮਿਲਦਾ ਹੈ ਅਤੇ ਨਾਮ ਜਪਿਆ ਜਾਂਦਾ ਹੈ। ਅੱਗੇ ਕਹਿੰਦੇ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ। ਕਿ ਹੇ ਭਾਈ, ਦਾਸ ਨਾਨਕ ਨੂੰ ਤਾਂ ਉਹ ਗੁਰੂ
ਨੇ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਹੀ ਮੱਤ ਮੈਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਵੀ ਨਾਮ ਜਪਦਾ ਹੈ ਉਹ ਇਸ ਭਾਵ ਸਾਗਰ ਤੋਂ ਪਾਰ ਨਿਕਲ ਜਾਂਦਾ ਹੈ। ਜਿਵੇਂ ਸਤਿਗੁਰੂ ਜੀਆਂ ਦਾ ਇੱਕ ਸ਼ਬਦ ਹੈ, ਕਹਿੰਦੇ ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉੱਧਰ ਹਰ ਨਾਗਰ। ਕਿ ਇਹ ਸੰਸਾਰ ਜਿਹੜਾ ਇਹ ਮਿਥਿਆ ਹੋਇਆ ਹੈ, ਅੱਗ ਤ੍ਰਿਸ਼ਨਾ ਦੇ ਨਾਲ ਭਰਿਆ ਹੋਇਆ ਹੈ, ਪਰ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਮਨੁੱਖ ਇਸ ਵਿੱਚੋਂ ਉੱਧਰ ਜਾਂਦਾ ਹੈ, ਭਾਵ ਪਾਰ ਹੋ ਜਾਂਦਾ, ਜਿਸ ਨੂੰ ਸਤਿਗੁਰੂ ਜੀ ਕਹਿੰਦੇ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਜਿਸ ਦੀ ਪਰਮਾਤਮਾ ਨੇ ਬਾਹਾਂ ਫੜ ਲਈ, ਭਾਵ ਜਿਸ ਨੂੰ ਨਾਮ ਦਾ ਦਾਨ ਪ੍ਰਾਪਤ ਹੋ ਗਿਆ, ਜਿਸ ਨੇ ਸ਼ਬਦ ਦੀ ਓਟ ਲੈ ਲਈ, ਅਸਲ ਦੇ ਵਿੱਚ ਉਹ ਮਨੁੱਖ ਜਿਹੜਾ ਹੈ ਭਵ ਸਾਗਰ ਤੋਂ, ਭਵਜਲ ਤੋਂ ਪਾਰ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ।